ਸਾਡੇ ਕੋਲੋਂ ਸੈਂਪਲ ਆ ਰਹੇ ਆ, ਉਹਨਾਂ ਦਾ ਹੁਣ ਸਾਈਜ਼ ਡੇ ਬਾਈ ਡੇ ਵੱਧਦਾ ਪਿਆ। ਕੱਲ ਸ਼ਾਮ ਤੱਕ ਸਾਡੇ ਕੋਲ 156 ਜਿਹੜੇ ਸੀਗੇ ਡੈਡ ਵਰਡ ਸੀਗੇ, ਤੇ ਟੋਟਲ ਮਿਲਾ ਕੇ ਗੌਰਮੈਂਟ ਸੈਂਪਲ, ਸੀਰਮ ਸੈਂਪਲ ਤੇ ਜਿਹੜੇ ਸਾਡੇ ਕੋਲ ਇਨਵਾਇਰਮੈਂਟਲ ਸੈਂਪਲ ਆ, 1064 ਦੀ ਗਿਣਤੀ ਸੀ, ਜਿਨ੍ਹਾਂ ਦੇ ਵਿੱਚ ਅਸੀਂ ਜਿਹੜੇ ਸਾਡੇ ਕੋਲ ਸੈਂਪਲ 9 ਤਰੀਕ ਤੱਕ ਆ ਚੁੱਕੇ ਆ, ਉਹ ਕੱਲ ਤੱਕ ਅੰਡਰ ਪ੍ਰੋਸੈਸ ਮਤਲਬ ਕਿ ਚੱਲਦੇ ਪਏ ਸੀ, ਉਹ ਮਤਲਬ ਕਿ ਉਹਨਾਂ ਦੇ ਟੈਸਟ ਹੋ ਚੁੱਕੇ ਆ। ਉਹਨਾਂ ਵਿੱਚੋਂ ਬਹੁਤ ਜਿਹੜੇ ਘੱਟ ਆ ਜਿਹੜੇ ਉਹ ਪੋਜ਼ਿਟਿਵ ਆਏ ਆ, ਪਰ ਪੋਜ਼ਿਟਿਵ ਨੂੰ ਅਸੀਂ ਡਿਕਲੇਅਰ ਨਹੀਂ ਕਰ ਸਕਦੇ, ਇਹ ਜਿਹੜੇ ਆ ਗਵਰਨਮੈਂਟ ਆਫ ਇੰਡੀਆ ਨੂੰ ਅਸੀਂ ਭੇਜਣੇ ਆ ਉੱਥੇ ਭੋਪਾਲ, ਜਿਹੜੀ ਹਾਈ ਸਿਕਿਉਰਿਟੀ ਲੈਬ ਆ ਸਾਡੀ ਨਿਸ਼ਾਦ ਦੇ ਵਿੱਚ, ਤੇ ਉਹੀ ਉਹਨੂੰ ਕਨਫਰਮੇਟਰੀ ਟੈਸਟ ਦੇ ਵਿੱਚ ਡਿਕਲੇਅਰ ਕਰ ਸਕਦੇ। ਇਸ ਜਿਹੜੇ ਸੈਂਪਲ ਜਿਹੜੇ ਤੁਹਾਡੇ ਕੋਲ ਰਿਪੋਰਟਸ ਆ ਰਹੀਆਂ ਹੈ ਜਾਂ ਤੁਹਾਡੇ ਕੋਲ ਜਿਹੜੇ ਉੱਥੋਂ ਦੇ ਸੈਂਪਲ ਆ ਰਹੇ ਨੇ, ਇਹ ਕਿੰਨੇ ਕੁ ਸਟੇਟਾਂ ਚੋਂ ਆ ਰਹੇ ਨੇ ਔਰ ਕਿੱਥੇ ਕਿੱਥੇ ਇਹਦਾ ਕੀ ਕਿਸ ਤਰ੍ਹਾਂ ਦਾ ਖਤਰਾ ਜਿਹੜਾ ਹੈਗਾ ਇਨਸਾਨ ਨੂੰ ਹੋ ਸਕਦਾ? ਦੇਖੋ ਜੀ, ਜਿਹੜਾ ਇਨਸਾਨ ਦਾ ਖਤਰਾ ਤੇ ਉਹ ਉਹਨਾਂ ਨੂੰ ਹੀ ਹੋਏਗਾ ਜਿਹੜੇ ਬਿਲਕੁਲ ਪੋਲਟਰੀ ਵਰਡ ਦੇ ਨਾਲ ਡਾਇਰੈਕਟ ਪੋਲਟਰੀ ਫਾਰਮਿੰਗ ਦਾ ਕੰਮ ਕਰਦੇ ਆ ਜਾਂ ਵੇਚਣ ਦਾ ਕੰਮ ਕਰਦੇ ਆ, ਪਰ ਉਹ ਤਦੇ ਹੋਏਗਾ ਜੇ ਜਿਹੜਾ ਸਾਡਾ ਵਰਡ ਆ ਉਹ ਬਿਮਾਰ ਹੋਏਗਾ। ਅਦਰਵਾਈਜ਼ ਆਮ ਬੰਦੇ ਨੂੰ ਕੋਈ ਡਰ ਨਹੀਂ, ਮੀਟ ਖਾਣ ਅੰਡੇ ਖਾਣ 'ਚ ਕੋਈ ਡਰ ਨਹੀਂ, ਕਿਉਂਕਿ ਜਿਹੜਾ ਆਪਾਂ ਮੀਟ ਅਤੇ ਅੰਡੇ ਖਾਂਦੇ ਹਾਂ ਉਹ ਉਬਾਲ ਕੇ ਚੰਗੀ ਤਰ੍ਹਾਂ ਪਕਾ ਕੇ ਖਾਂਦੇ ਹਾਂ। ਜਿਹੜਾ ਜੇ ਕੋਈ ਬਿਮਾਰ ਵਰਡ ਹੁੰਦਾ ਬਰਡ ਫਲੂ ਦੇ ਨਾਲ, ਉਹਦੀ ਪੂਰੀ ਜਿਹੜੀ ਕੰਸਨਟ੍ਰੇਸ਼ਨ ਆ ਉਹ ਉਹਦੇ ਡਾਈਜੈਸਟਿਵ ਔਰਗਨ ਦੇ ਵਿੱਚ ਹੁੰਦੀ ਆ, ਅਤੇ ਜਾਂ ਉਹਦੇ ਨੇਜ਼ਲ ਜਿਹੜੇ ਰੈਸਪੀਰੇਟਰੀ ਹਿੱਸੇ ਲੰਗਸ ਦੇ ਵਿੱਚ ਹੁੰਦੇ ਆ। ਇਹ ਦੋਨੇ ਹਿੱਸੇ ਜਿਹੜੇ ਆ ਖਾਣ ਦੇ ਵਿੱਚ ਵਰਤੋਂ ਨਹੀਂ ਕੀਤੇ ਜਾਂਦੇ, ਮਾਸ ਦੇ ਵਿੱਚ ਇਹਦਾ ਅਸਰ ਨਹੀਂ ਹੁੰਦਾ ਨਾ ਅੰਡੇ ਦੇ ਵਿੱਚ ਅਸਰ ਹੁੰਦਾ। ਤਾਂ ਅਸੀਂ ਜਦੋਂ ਮਾਸ ਨੂੰ 20 ਮਤਲਬ 70 ਡਿਗਰੀ ਤੋਂ ਜ਼ਿਆਦਾ 20 ਮਿੰਟ ਤੱਕ ਪਕਾ ਲਈਏ, ਜੇ ਮਾੜਾ ਮੋਟਾ ਕਿਤੇ ਕੁਛ ਹੋਊਗੀ ਉਹ ਵੀ ਮਰ ਜਾਂਦਾ।